ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਮਾਰਚ ਤੱਕ ਭਾਰਤ ਦੇ ਵਿੱਚ ਫੈਲ ਚੁੱਕਿਆ ਸੀ ਜਿਸ ਵਜ੍ਹਾ ਦੇ ਨਾਲ ਕੇਂਦਰ ਸਰਕਾਰ ਨੂੰ ਲਾਕਡਾਊਨ ਦਾ ਐਲਾਨ ਕਰਨਾ ਪਿਆ ਸੀ ਉਦੋਂ ਤੋਂ ਰੇਲਵੇ ਸੇਵਾਵਾਂ ਪੂਰੀ ਤਰ੍ਹਾਂ ਦੇ ਨਾਲ ਠੱਪ ਪਈਆਂ ਸਨ ਜੂਨ ਦੇ ਵਿੱਚ ਅਨਲੌਕ 1 ਦੇ ਨਾਲ ਟ੍ਰੇਨਾਂ ਦਾ ਸੰਚਾਲਨ ਸ਼ੁਰੂ ਹੋ ਗਿਆ ਸੀ ਪਰ ਉਹ ਵੀ ਸਿਰਫ ਕੁਝ ਚੁਣਵੇਂ ਰੂਟਾਂ ਤੇ ਹੁਣ ਅਨਲੌਕ 5 'ਚ ਜ਼ਿਆਦਾ ਢਿੱਲ ਮਿਲਣ ਤੋਂ ਬਾਅਦ ਰੇਲਵੇ ਹੌਲੀ ਹੌਲੀ ਟ੍ਰੇਨਾਂ ਦੀ ਗਿਣਤੀ ਵਧਾ ਰਿਹਾ ਹੈ ਇਸ ਦੇ ਤਹਿਤ ਹੁਣ ਰੇਲਵੇ ਨੇ ਵੀ ਇੱਕ ਅਹਿਮ ਫੈਸਲਾ ਲਿਆ ਹੈ 20 ਅਕਤੂਬਰ ਤੋਂ ਅਨੇਕਾਂ ਰੂਟਾਂ ਤੇ ਹੋਰ ਸਪੈਸ਼ਲ ਰੇਲ ਗੱਡੀਆਂ ਦੌੜਨਗੀਆਂ ਇਹਨਾਂ ਦੇ ਵਿੱਚ ਸ਼੍ਰੀ ਗੰਗਾਨਗਰ ਦਿੱਲੀ ਇੰਟਰਸਿਟੀ ਸ਼੍ਰੀ ਗੰਗਾਨਗਰ ਬਾਂਦਰਾ ਐਕਸਪ੍ਰੈਸ ਬਾੜਮੇਰ ਰਿਸ਼ੀਕੇਸ਼ ਵਾਇਆ ਬਠਿੰਡਾ ਐਕਸਪ੍ਰੈਸ ਫਿਰੋਜ਼ਪੁਰ ਪਟਨਾ ਐਕਸਪ੍ਰੈਸ ਬਠਿੰਡਾ ਵਾਰਾਨਸੀ ਐਕਸਪ੍ਰੈਸ ਸ਼ਾਮਿਲ ਨੇ